ਮੈਨੂੰ ਤੇਰੀ ਇੱਜ਼ਤ ਦੀ ਕਸਮ ਹੈ ਅੱਬਾ, ਜਿੱਥੋਂ ਤੇਰਾ ਪੁੱਤਰ ਲੰਘ ਜਾਏ ਧਰਤੀ ਸਾਹ ਰੋਕ ਲੈਂਦੀ ਏ। ਹਾਂਜੀ ਸੋਹਣਿਓ, ਤੇ ਮੈਂ ਤੁਹਾਡਾ ਆਪਦਾ ਵੀਰ ਸਜਾ ਸੱਜਣ, ਤੇ ਅੱਜ ਸੋਹਣਿਓ ਅਸੀਂ ਗੱਲ ਕਰਾਂਗੇ 1985 ਦੇ ਵਿੱਚ ਫਿਲਮ ਆਈ ਸੀ ਧੀ ਰਾਣੀ, ਯਾਰ ਸੁਪਰ ਡੂਪਰ ਹਿੱਟ ਗਈ ਸੀ। ਕਹਿੰਦੇ ਹਦਾਇਤਕਾਰ ਕੌਣ ਨੇ? ਅਲਤਾਫ ਹੁਸੈਨ। ਤੇ ਉਹ ਕਹਿੰਦੇ ਨੇ ਕਿ ਯਾਰ ਇਹ ਫਿਲਮ ਰੱਬ ਨੇ ਐਸੀ ਕਰਮਨਵਾਜ਼ੀ ਕੀਤੀ ਕਿ ਯਾਰ ਇਹ ਮੈਂ ਬਣਾਈ ਅਤੇ ਸੁਪਰ ਹਿੱਟ ਗਈ। ਅਤੇ ਇਹਦੇ ਅੰਦਰ ਦੇ ਤੁਹਾਨੂੰ ਅਸੀਂ ਰਾਜ਼ ਦੱਸਾਂਗੇ ਕਿ ਯਾਰ ਅਦਾਕਾਰ ਯੂਸਫ ਖਾਨ ਨੂੰ ਇਹ ਬਦਮਾਸ਼ ਦਾ ਰੋਲ ਕਿਸ ਤਰ੍ਹਾਂ ਮਿਲਿਆ, ਅਤੇ ਬੜੀ ਸੋਹਣੀ ਯਾਰ ਇਸ ਫਿਲਮ ਦੀ ਕਾਸਟ ਹੈ। ਅਦਾਕਾਰ ਨੰਨਾ, ਅਜਾਜ਼ ਅਤੇ ਸੋਹਣਿਓ ਅਦਾਕਾਰਾ ਅੰਜਮਨ, ਅਤੇ ਉਧਰੋਂ ਪਿਆਰਿਓ ਅਦਾਕਾਰ ਮੁਮਤਾਜ਼ ਨੇ ਤੇ ਇਸ ਫਿਲਮ ਦੇ ਵਿੱਚ ਅਖੀਰ ਹੀ ਕਰ ਦਿੱਤੀ ਹੈ। ਕਿ ਇਹੋ ਜਿਹਾ ਯਾਰ ਕੰਮ ਕਰਕੇ ਰੱਖ ਦਿੱਤਾ ਹੈ ਕਿ ਛੱਡ ਗੱਲ ਹੀ ਦਿਓ, ਕਿ ਅੱਜ ਵੀ ਯਾਰ ਇਹ ਫਿਲਮਾਂ ਅਸੀਂ ਵੇਹਣੇ ਹਾਂ ਨਾ ਅਤੇ ਸਾਨੂੰ ਸਵਾਦ ਆ ਜਾਂਦਾ। ਅਤੇ ਇਹ ਪਿਆਰਿਓ ਧੀਆਂ ਨੂੰ ਮੈਸੇਜ ਦੇਣ ਲਈ ਇੱਕ ਬੜੀ ਵੱਡੀ ਫਿਲਮ ਹਦਾਇਤਕਾਰ ਅਲਤਾਫ ਹੁਸੈਨ ਨੇ ਬਣਾਈ, ਅਤੇ ਜਿਹੜੀ ਪਿਆਰਿਓ ਅੱਜ ਵੀ ਸੁਪਰ ਡੁਪਰ ਹਿੱਟ ਹੈ। ਅਤੇ ਇਹਦੇ ਅਸੀਂ ਤੁਹਾਡੇ ਸਾਹਮਣੇ ਅੰਦਰ ਦੇ ਰਾਜ਼ ਦੱਸਾਂਗੇ ਕਿ ਤੁਸੀਂ ਵੀ ਸੁਣੋਗੇ ਨਾ, ਅਤੇ ਯਾਰ ਮੈਨੂੰ ਉਮੀਦ ਹੈ ਕਿ ਸਵਾਦ ਆਵੇਗਾ ਤੁਹਾਨੂੰ। ਅਤੇ ਜੇ ਸੁਣਿਓ ਤੁਸੀਂ ਇਹ ਮੇਰੀ ਸਟੋਰੀ ਪੂਰੀ ਸੁਣਨਾ ਚਾਹੁੰਦੇ ਜੇ, ਅਤੇ ਮੇਰੀ ਵੀਡੀਓ ਨਾਲ ਜੁੜੇ ਰਹੋ। ਅਤੇ ਜੇ ਪਿਆਰਿਓ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਦਫ਼ਾ ਆਏ ਜੇ, ਅਤੇ ਯਾਰ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ। ਅਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ, ਅਤੇ 1985 ਦੇ ਵਿੱਚ ਆਉਣ ਵਾਲੀ ਫਿਲਮ ਧੀ ਰਾਣੀ, ਕਹਿੰਦੇ ਵਿੱਚ ਯਾਰ ਬੜੇ ਬੜੇ ਵੱਡੇ ਅਦਾਕਾਰਾਂ ਨੇ ਕਿਰਦਾਰ ਕੀਤਾ ਹੈ। ਅਦਾਕਾਰ ਅੰਜਮਨ ਨੇ ਤਵੈਫ ਦਾ ਰੋਲ ਕੀਤਾ, ਤੇ ਯਾਰ ਕਮਾਲ ਕਰਕੇ ਰੱਖ ਦਿੱਤੀ। ਤੇਰੇ ਨਾਂ ਦਾ ਅਲਫ ਲਾ ਦਿਆਂ ਤੇ ਬਾਕੀ ਰਹਿ ਜਾਂਦੇ ਛੂ, ਵੇ ਮੈਂ ਛੂ ਕਰਾਂ ਤੇ ਤੇਰੇ ਜੱਬ। ਤੇ ਯੂਸਫ ਖਾਨ ਨੇ ਬਦਮਾਸ਼ ਦਾ ਰੋਲ ਕੀਤਾ, ਤੇ ਯਾਰ ਇਹਦੇ ਵਿੱਚ ਇਹੋ ਜਿਹੀ ਬਦਮਾਸ਼ੀ ਵਹਾਈ ਗਈ ਕਿ ਜਿਹਦੇ ਵਿੱਚ ਯਾਰ ਮਾਂ ਪਿਓ ਦੇ ਅੱਗੇ ਝੁੱਕ ਜਾਂਦਾ ਕਿ ਯਾਰ ਉਹਦੇ ਪੈਰਾਂ ਨੂੰ ਹੱਥ ਲਾਉਂਦਾ ਕਿ ਜਦੋਂ ਇਹਦੇ ਡੇਰੇ 'ਤੇ ਆਉਂਦਾ। ਅਤੇ ਜਿਹੜੇ ਨੰਨਾ ਸਾਹਿਬ ਨੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਕਿ ਪਾਕਿਸਤਾਨ ਦੇ ਇਹੋ ਜਿਹੇ ਕਾਮੇਡੀ ਅਦਾਕਾਰ ਹੋਏ ਨੇ ਕਿ ਉਹ ਸੀਰੀਅਸ ਵੀ ਗੱਲ ਕਰਦਾ ਸੀ ਨਾ, ਅਤੇ ਯਾਰ ਹਾਸਾ ਆ ਜਾਂਦਾ ਸੀ। ਅਤੇ ਪਿਆਰਿਓ ਅਲੀ ਅਜਾਜ਼ ਨੇ ਇਹਦੇ ਵਿੱਚ ਕਮਾਲ ਕਰਕੇ ਰੱਖ ਦਿੱਤੀ, ਅਤੇ ਅਦਾਕਾਰਾ ਮੁਮਤਾਜ਼ ਨੇ ਉਹਨੇ ਵੀ ਯਾਰ ਅਖੀਰ ਕਰਕੇ ਰੱਖ ਦਿੱਤੀ। ਕਿ ਇਹ ਫਿਲਮ ਯਾਰ ਇੱਕ ਧੀ ਦੇ ਬਾਰੇ ਲਿਖੀ ਗਈ ਸੀ, ਕਿ ਯਾਰ ਧੀਆਂ ਦੇ ਸਬਕ ਦਿੱਤਾ ਗਿਆ ਸੀ ਕਿ ਇਸ ਘਰੋਂ ਤੇਰੀ ਡੋਲੀ ਉੱਠਣ ਲੱਗੀ ਏ ਅਤੇ ਉਸ ਘਰੋਂ ਤੇਰਾ ਜਨਾਜ਼ਾ ਉੱਠਣਾ ਚਾਹੀਦਾ। ਕਿ ਯਾਰ ਇਸ ਫਿਲਮ ਨੇ ਨਾ ਕਈਆਂ ਦੇ ਘਰ ਵਸਾ ਦਿੱਤੇ ਸਨ, ਅਤੇ ਜਿਹੜੀਆਂ ਧੀਆਂ ਸਨ ਉਹਨਾਂ ਨੂੰ ਅਕਲ ਆ ਗਈ ਸੀ ਕਿ ਸਹੁਰਿਆਂ ਦੇ ਘਰ ਜਾ ਕੇ ਇਸ ਤਰ੍ਹਾਂ ਆਪਦਾ ਘਰ ਚਲਾਉਣਾ, ਕਿਉਂਕਿ ਉਹ ਬਹੁਤ ਮੀਰਜ਼ਾਦੇ ਹੁੰਦੇ ਨੇ ਅਤੇ ਇੱਕ ਗਰੀਬ ਦੀ ਧੀ ਹੁੰਦੀ ਹੈ, ਅਤੇ ਗਰੀਬਾਂ ਦੀ ਧੀ ਤਾਂ ਮੀਰਾਂ ਦੀ ਧੀ 'ਚ ਬੜਾ ਫਰਕ ਹੈ। ਕਿ ਕੱਪੜੇ ਜਾ ਕੇ ਹੱਥ 'ਤੇ ਧੋਂਦੀ ਹੈ ਨਾ, ਅਤੇ ਇਹਦੀ ਸੱਸ ਕਹਿੰਦੀ ਹੈ ਕਿ ਤੂੰ ਕੱਪੜੇ ਕਿਉਂ ਹੱਥ 'ਤੇ ਧੋਣੀ ਪਈ, ਅਤੇ ਕਹਿੰਦੀ ਪੈਸੇ ਬਚਣਗੇ, ਅਤੇ ਉਹ ਕਹਿੰਦੀ ਕਿ ਅਸੀਂ ਸੋਚਦੇ ਕਿ ਪੈਸੇ ਲਾਉਣੇ ਕਿੱਥੇ ਨੇ, ਤੂੰ ਸਾਡੇ ਘਰ ਆਣ ਕੇ ਅਤੇ ਕੱਪੜੇ ਖਰਾਬ ਕਰ ਕੇ ਰੱਖ ਦਿੱਤੇ ਨੇ। ਅਤੇ ਬੜੀ ਇਸ ਫਿਲਮ ਦੇ ਵਿੱਚ ਅਦਾਕਾਰਾ ਮੁਮਤਾਜ਼ ਨੂੰ ਨੀਚਿਆ ਵਹਾਇਆ ਜਾਂਦਾ ਹੈ, ਲੇਕਿਨ ਸੋਹਣਿਓ ਅਦਾਕਾਰਾ ਮੁਮਤਾਜ਼ ਨੇ ਵੀ ਨਾ ਇਸ ਫਿਲਮ ਦੇ ਵਿੱਚ ਅਖੀਰ ਕਰਕੇ ਰੱਖ ਦਿੱਤੀ। ਕਿ ਯਾਰ ਅੱਜ ਵੀ ਤੁਸੀਂ ਨਾ ਧੀਆਂ ਭੈਣਾਂ ਨੂੰ ਕੁਛ ਸਬਕ ਦੇਣਾ ਹੈ ਨਾ, ਅਤੇ ਉਹਨਾਂ ਨੂੰ ਕਹੋ ਕਿ ਧੀ ਰਾਣੀ ਫਿਲਮ ਜਿਹੜੀ ਹੈ ਨਾ ਇਹ ਗੌਰ ਨਾਲ ਤੁਸੀਂ ਵੇਖੋ, ਕਿ ਇਹ ਪਿਆਰਿਓ ਇਹੋ ਜਿਹੀ ਫਿਲਮ ਸੀ ਪਾਕਿਸਤਾਨ ਦੀ ਕਿ ਯਾਰ ਜਿਹਦੇ ਵਿੱਚ ਧੀਆਂ ਨੂੰ ਇਹੋ ਜਿਹਾ ਸਬਕ ਦਿੱਤਾ ਗਿਆ
ਕਿ ਘਰੇਲੂ ਮਸਲੇ ਵਹਾਏ ਗਏ ਕਿ ਪਾਕਿਸਤਾਨ ਦੀ ਉਦੋਂ ਜਦੋਂ 1985 ਦੇ ਵਿੱਚ ਆਈ ਸੀ ਨਾ, ਅਤੇ ਦੁਨੀਆ ਨੇ ਵੇਖ ਕੇ ਯਾਰ ਬਹੁਤ ਹੀ ਇਹਨੂੰ ਜ਼ਿਆਦਾ ਪਿਆਰ ਦਿੱਤਾ ਸੀ ਅਤੇ ਪਸੰਦ ਕੀਤਾ ਸੀ। ਅਤੇ ਯਾਰ ਸਾਡੇ ਅੱਜ ਵੀ ਪਿੰਡਾਂ ਥਾਵਾਂ ਵਾਲੇ ਲੋਕ ਜਿਹੜੇ ਨੇ ਨਾ, ਇਸ ਫਿਲਮ ਨੂੰ ਬੜਾ ਪਸੰਦ ਕਰਦੇ ਨੇ ਕਿ ਅੱਜ ਵੀ ਅਕਸਰ ਵੇਹਣੇ ਆ ਕਿਸੇ ਦੇ ਵੀ ਘਰ ਜਾ ਕੇ ਨਾ, ਅਤੇ ਕਿਹੜੀ ਫਿਲਮ ਲੱਗੀ, ਧੀ ਰਾਣੀ, ਅਤੇ ਬਹਿ ਜੀ ਦਾ ਸੀ, ਵੇਖੀ ਦੀ ਯਾਰ ਅਤੇ ਸਵਾਦ ਆਉਂਦਾ। ਇਹ ਰਾਤੀ ਫਿਲਮ ਮੈਂ ਵੇਖੀ ਹੈ ਅਤੇ ਯਾਰ ਇਹਨੇ ਚੱਸ ਕਰਾਤੀ ਅਤੇ ਮਜ਼ਾ ਕਰਾਤਾ ਕਿ ਮੈਂ ਹਾਂ ਕਿ ਯਾਰ ਇਹਦੇ 'ਤੇ ਸਟੋਰੀ ਬਣਦੀ ਹੈ ਕਿ ਅਲਤਾਫ ਹੁਸੈਨ ਨੇ ਯਾਰ ਇਹੋ ਜਿਹਾ ਕੰਮ ਕਰਕੇ ਰੱਖ ਦਿੱਤਾ। ਅਤੇ ਇੱਕ ਹੋਰ ਬੜੀ ਉਹਦੀ ਸੁਪਰਹਿੱਟ ਫਿਲਮ ਮਹਿੰਦੀ, ਉਹਦੇ ਵਿੱਚ ਵੀ ਬਾਬਲ ਦਾ ਪਿਆਰ ਅਤੇ ਧੀ ਦਾ ਪਿਆਰ ਵਿਖਾਇਆ ਗਿਆ ਇਹੋ ਹੀ ਟੋਪਿਕ 'ਤੇ ਆ, ਅਤੇ ਉਹ ਵੀ ਸੁਣਿਓ ਬੜੀ ਸੁਪਰਹਿੱਟ ਗਈ ਸੀ, ਉਹਦੇ ਵਿੱਚ ਵੀ ਅਦਾਕਾਰ ਅੰਜਮਨ ਨੇ। ਅਤੇ ਯਾਰ ਯੂਸਫ ਖਾਨ ਨੂੰ ਇਹ ਰੋਲ ਕਿਸ ਤਰ੍ਹਾਂ ਮਿਲਿਆ? ਅੱਖ ਭਰ ਕੇ ਵੇਖਾਂ ਤੇ ਖਲੀ ਖਲੋਤੀ ਦਾ ਸੌ ਪੀ ਜਾਵਾਂ। ਵੇ ਇੱਕ ਵਾਰੀ ਇਹ ਗਲਤੀ ਕਰਦੇ ਸੀ। ਕੇਸ ਤੋਂ ਪਹਿਲੇ ਸੁਲਤਾਨੀ ਨੂੰ ਲੈਣ ਲੱਗੇ ਸਨ ਕਿ ਇਹਦੇ ਹਦਾਇਤਕਾਰ ਦੱਸਦੇ ਨੇ ਅਲਤਾਫ ਹੁਸੈਨ ਕਿ ਮੈਂ ਸੁਲਤਾਨੀ ਨੂੰ ਲੈਣ ਲੱਗਾ ਸਾਂ। ਔਰ ਯੂਸਫ ਖਾਨ ਸਾਹਿਬ ਨੇ ਜੋ 93 ਬਦਮਾਸ਼ ਕਾ ਰੋਲ ਕੀਆ, ਤੋ ਬਦਮਾਸ਼ ਪੁਕਾਰ ਉੱਠੇ ਕਿ ਅਗਰ ਐਸਾ ਬਦਮਾਸ਼ ਹੈ ਕਿ ਫਿਲਮਾਂ ਦੀਆਂ ਡੇਟਾਂ ਨਾ ਬਹੁਤ ਹੀ ਜ਼ਿਆਦਾ ਸਨ ਅਤੇ ਬਹੁਤ ਹੀ ਮਸਰੂਫ਼ ਸਨ, ਸੁਲਤਾਨੀ ਨਾਂ ਨਹੀਂ ਸੀ ਕਰਦੇ ਹੁੰਦੇ ਕਿਸੇ ਨੂੰ। ਲੇਕਿਨ ਆਖਰਕਾਰ ਅਲਤਾਫ ਹੁਸੈਨ ਨੇ ਫਿਰ ਇਹ ਅਦਾਕਾਰ ਯੂਸਫ ਖਾਨ ਨੂੰ ਲਿਆ, ਅਤੇ ਯਾਰ ਯੂਸਫ ਖਾਨ ਨੇ ਵੀ ਇਸ ਫਿਲਮ ਦੇ ਵਿੱਚ ਅੱਛੂ ਦਾ ਨਾਂ ਇਹਦਾ ਲੱਗਾ, ਅਤੇ ਯਾਰ ਅੱਛੂ ਨੇ ਕਮਾਲ ਕਰਕੇ ਰੱਖ ਦਿੱਤੀ ਕਿ ਜਦੋਂ ਜਾਂਦਾ ਹੈ ਨਾ ਯਾਰ ਆਪਦੀ ਭੈਣ ਦੇ ਘਰ, ਅਤੇ ਕਿਸ ਤਰ੍ਹਾਂ ਯਾਰ ਬਟਨ ਬੰਦ ਕਰਕੇ ਇਹਦਾ ਪਿਓ ਕਹਿੰਦਾ ਕਿ ਤੂੰ ਬਦਮਾਸ਼ ਬਣ ਕੇ ਨਹੀਂ ਜਾਣਾ, ਇੱਕ ਭੈਣ ਦਾ ਭਰਾ ਬਣ ਕੇ ਜਾਣਾ। ਤੇ ਉੱਥੇ ਯਾਰ ਯੂਸਫ ਖਾਨ ਨੇ ਕਮਾਲ ਐਕਟਿੰਗ ਕੀਤੀ। ਭੈਣਾਂ ਦੇ ਘਰ ਬਾਹਾਂ ਟੁੰਗ ਕੇ ਨਹੀਂ, ਗਲਮੇ ਦੇ ਬਟਨ ਵੀ ਬੰਦ ਕਰਕੇ ਜਾਈ, ਕਮਾਲ ਕਰਕੇ ਇਸ ਫਿਲਮ ਦੇ ਵਿੱਚ ਰੱਖ ਦਿੱਤੀ ਕਿ ਯਾਰ ਇਹ ਤੁਸੀਂ ਨਾ ਮੇਰੇ ਕਹਿਣ 'ਤੇ ਇੱਕ ਦਫ਼ਾ ਜ਼ਰੂਰ ਵੇਖਿਆ ਜੇ, ਤੁਹਾਨੂੰ ਸਵਾਦ ਨਾ ਆਵੇ, ਅਤੇ ਐਵੇਂ ਕਹਿ ਦੇਣਾ ਕਿ ਯਾਰ ਵੀਰ ਨੇ ਐਵੇਂ ਹੀ ਸਾਨੂੰ ਕਿਹਾ ਕਿ ਤੁਸੀਂ ਫਿਲਮ ਵੇਖੋ, ਕਿ ਐਵੇਂ ਵੀਰ ਨੇ ਸਟੋਰੀ ਇਸ ਫਿਲਮ 'ਤੇ ਕਰ ਦਿੱਤੀ ਕਿ ਇਹ ਸੋਹਣਿਓ ਪਾਕਿਸਤਾਨ ਦੀ ਸੁਪਰ ਡੁਪਰ ਹਿੱਟ ਫਿਲਮ ਉਸ ਟਾਈਮ ਵੀ ਸੀ ਅਤੇ ਅੱਜ ਵੀ ਸੀ। ਅਤੇ ਮੈਂ ਚਾਹਾਂਗਾ ਕਿ ਯਾਰ ਅਸੀਂ ਧੀਆਂ ਭੈਣਾਂ ਨੂੰ ਸਬਕ ਦੇਣ ਲਈ ਨਾ ਇਹ ਸਾਨੂੰ ਫਿਲਮ ਇਹ ਜ਼ਰੂਰ ਉਹਨਾਂ ਨੂੰ ਵਿਖਾਉਣੀ ਚਾਹੀਦੀ ਕਿ ਇਹ ਫਿਲਮ ਵੇਖ ਕੇ ਨਾ ਉਹਨਾਂ ਦੇ ਦਿਮਾਗ 'ਚ ਗੱਲਾਂ ਬਹਿਣਗੀ ਕਿ ਕਿਸ ਤਰ੍ਹਾਂ ਯਾਰ ਇਹ ਘਰ ਵੱਸਦੇ ਨੇ, ਅਤੇ ਕਿਸ ਤਰ੍ਹਾਂ ਇਹ ਬੰਦਾ ਅੱਗੋਂ ਅੱਖੜੂ ਮਿਲ ਜਾਏ, ਅਤੇ ਕਿਸ ਤਰ੍ਹਾਂ ਉਹਦੇ ਨਾਲ ਵਸੇਬਾ ਕਰੀਦਾ। ਅਤੇ ਪਿਆਰਿਓ ਸਾਡਾ ਮੈਸੇਜ ਸੀ ਕਿ ਧੀ ਰਾਣੀ ਫਿਲਮ ਪਾਕਿਸਤਾਨੀ ਇਹੋ ਜਿਹੀ ਹੈ ਕਿ ਯਾਰ ਕਈਆਂ ਦੇ ਘਰ ਵੱਸ ਸਕਦੇ ਨੇ। ਅਤੇ ਇਹ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ, ਅਤੇ ਜੇ ਤੁਸੀਂ ਮਜ਼ੀਦ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁਣਨਾ ਚਾਹੁੰਦੇ ਜੇ ਜਾਂ ਵੇਖਣਾ ਚਾਹੁੰਦੇ ਜੇ, ਅਤੇ ਪਿਆਰਿਓ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਅਤੇ ਨਾਲੇ ਪਿਆਰਿਓ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਬਹਿ ਕੇ ਸਾਡੀ ਵੀਡੀਓ ਵੇਖ ਰਹੇ ਜੇ।